ਦਿੱਲੀ ਚੱਲੋ ਮੋਰਚਾ ਅੱਜ 8ਵੇਂ ਦਿਨ ਦੇ ਵਿੱਚ ਹੈ। ਕੱਲ੍ਹ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ। ਸਰਕਾਰ ਦੇ ਕੋਲ ਕੁਛ ਘੰਟੇ ਹੈਗੇ ਨੇ, ਜੇ ਸਰਕਾਰ ਹਾਲੇ ਵੀ ਕਿਸਾਨਾਂ ਦੀਆਂ ਮੰਗਾਂ ਮੰਨ ਲੈਂਦੀ ਹੈ ਤਾਂ ਕਿਸਾਨ ਇੱਥੋਂ ਹੀ ਵਾਪਸ ਮੁੜ ਸਕਦੇ ਨੇ। ਸਾਡੇ ਨਾਲ ਖਾਲਸ ਟੀਵੀ 'ਤੇ ਮੋਰਚੇ ਦੇ ਜੁਝਾਰੂ ਲੀਡਰ, ਕਿਸਾਨਾਂ ਦੇ ਜੁਝਾਰੂ ਲੀਡਰ ਜਿਨ੍ਹਾਂ ਨੂੰ ਕਿਹਾ ਜਾਂਦਾ, ਸਰਵਣ ਸਿੰਘ ਪੰਧੇਰ ਮਾਝੇ ਦੇ ਲੀਡਰ, ਉਹ ਨੇ। ਕਿਉਂਕਿ ਜਿਹੜੀ ਕਾਲ ਹੈ ਦਿੱਲੀ ਚੱਲੋ ਦੀ, ਉਹ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਸਾਂਝੇ ਤੌਰ 'ਤੇ ਦਿੱਤੀ ਗਈ ਹੈ। ਪੰਧੇਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਖਾਲਸ ਟੀਵੀ 'ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਮ ਤੌਰ 'ਤੇ ਹੁਣ ਜਦੋਂ ਆਪਾਂ ਦੇਖਦੇ ਹਾਂ ਕੌਮੀ ਮੀਡੀਆ ਦੇ ਵਿੱਚ ਜਾਂ ਹੋਰ ਬਹੁਤ ਸਾਰੇ ਪਲੇਟਫਾਰਮਾਂ 'ਤੇ ਇਸ ਤਰ੍ਹਾਂ ਦੀ ਕਵਰੇਜ ਹੋਣ ਲੱਗ ਪਈ ਹੈ ਕਿ ਕਿਸਾਨਾਂ ਦੇ ਕੋਲ ਰੇਂਜ ਰੋਵਰਾਂ ਨੇ, ਕਿਸਾਨਾਂ ਨੇ ਬਹੁਤ ਜ਼ਮੀਨਾਂ ਬਣਾ ਲਈਆਂ, ਕਿਸਾਨਾਂ ਨੇ ਪਿਛਲੇ ਮੋਰਚੇ ਦੇ ਵਿੱਚ ਬਹੁਤ ਸਾਰੇ ਫੰਡ ਇਕੱਠੇ ਕਰ ਲਏ ਸੀ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਰਵਣ ਸਿੰਘ ਪੰਧੇਰ ਦੇ ਕੋਲ ਕੀ ਹੈ, ਕਿਸਾਨ ਮੋਰਚਿਆਂ ਦੇ ਵਿੱਚ ਜਦੋਂ ਤੋਂ ਤੁਸੀਂ ਆਏ ਹੋ ਸੰਘਰਸ਼ ਦੇ ਵਿੱਚ, ਤੁਸੀਂ ਕਿੰਨੀ ਜ਼ਮੀਨ ਪਹਿਲਾਂ ਨਾਲੋਂ ਵਧਾ ਲਈ ਹੈ ਜਾਂ ਫਿਰ ਘਟਾ ਲਈ ਹੈ? ਇੱਕ ਤਾਂ ਚਲੋ ਸਾਫ਼ ਕਰ ਦਈਏ ਆਪਣਾ, ਇੱਕ ਤਾਂ ਕਿਸਾਨ ਮਜ਼ਦੂਰ ਮੋਰਚੇ ਦਾ ਪ੍ਰੋਗਰਾਮ ਹੈ। ਸਾਡੀ ਯੂਨੀਅਨ ਦਾ ਨਾਂ ਤਾਂ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪਰ ਜਿਹੜਾ 100 ਸਬ ਯੂਨੀਅਨ ਦਾ ਅੰਬਰੇਲਾ ਯੂਨੀਅਨ ਆ, ਉਹ ਹੈਗਾ ਕਿਸਾਨ ਮਜ਼ਦੂਰ ਮੋਰਚਾ, SKM ਨੌਨ ਪੀਟੀ ਦਾ। ਦੂਸਰਾ, ਜਿੱਥੋਂ ਤੱਕ ਸਵਾਲ ਤਾਂ ਹੈਗਾ ਵੀ ਜਦੋਂ ਦੇ ਅਸੀਂ ਜਥੇਬੰਦੀ, ਤਾਂ ਸਾਨੂੰ ਤਾਂ ਲੱਗਦਾ ਅਸੀਂ ਆਪਣੀ ਬਚਾਲ ਕੇ ਜਿਹੜੀ ਮਾਲਕੀ ਆ ਉਹ ਬਹੁਤ ਵੱਡੀ ਗੱਲ ਹੈ। ਠੀਕ ਆ, ਉਹਨੂੰ ਕਹੋ ਜਿਹਨਾਂ ਨੂੰ ਸ਼ੱਕ ਲੱਗਦਾ ਮੇਰਾ ਆਧਾਰ ਕਾਰਡ ਲੈਣ, ਪਤਾ ਲੱਗ ਜੂ ਵੀ ਕਿੱਥੇ ਕਿੱਥੇ ਵਧੀਆ ਹੁੰਦਾ, ਔਨਲਾਈਨ ਸਭ ਕੁਝ ਪਤਾ ਲੱਗ ਜਾਂਦਾ। ਠੀਕ ਆ, ਤੋ ਬਾਕੀ ਹੈਗਾ ਵਾ ਵੀ ਜਿਹੜੇ ਉਹ ਕਹਿ ਰਹੇ ਨੇ, ਦੇਖੋ ਉਹਨਾਂ ਦੀਆਂ ਆਪਦੀਆਂ ਰਿਪੋਰਟਾਂ ਨੇ ਵੀ ਪੰਜਾਬ ਦੇ ਕਿਸਾਨ ਸਿਰ ਲਗਭਗ 3 ਲੱਖ ਦਾ ਕਰਜ਼ਾ ਐਵਰੇਜ, ਪੂਰੇ ਦੇਸ਼ ਵਿੱਚ ਉਹਨਾਂ ਦੀ ਐਵਰੇਜ ਹੈਗੀ ਹੈ 74,000 ਕਰਜ਼ਈ ਨੇ ਐਵਰੇਜ। ਸਾਡੇ ਮਗਰ ਕੇਰਲਾ ਤੇ ਖੋ ਸਟੇਟ ਹੈ, 3 ਸਟੇਟ ਸਭ ਤੋਂ ਆਪਣੇ ਜਿਹਨਾਂ ਦੇ ਸਿਰ ਕਰਜ਼ੇ ਬਹੁਤ ਜ਼ਿਆਦਾ, ਉਹਨਾਂ 'ਚੋਂ ਅਸੀਂ ਹੈਗੇ ਹਾਂ। ਤਾਂ ਉਹਨਾਂ ਦੀਆਂ ਆਪਦੀਆਂ ਰਿਪੋਰਟਾਂ ਦੱਸਦੀਆਂ ਨੇ, ਤੁਹਾਡੀ ਰਿਪੋਰਟ ਪਿਛਲੀ ਕਹਿੰਦੀ ਹੈ ਵੀ ਆਮਦਨ ਪੰਜਾਬ ਦੇ ਇਸ ਕਿਸਾਨ ਦੀ 24,000 ਰੁਪਈਆ ਵਾ ਸਾਲ ਦੀ। ਤਾਂ ਫਿਰ ਤੁਸੀਂ ਦੱਸੋ ਵੀ ਉਹ ਕੀ ਹੋਊਗਾ। ਤੁਹਾਡੀ ਰਿਪੋਰਟ ਕਹਿੰਦੀ ਆ ਵੀ ਬਿਹਾਰ ਵਰਗੇ ਜਾਂ ਇਹਦੇ ਵਰਗੇ 16 ਸੂਬਿਆਂ ਦੀ 16,000 ਸਾਲਾਨਾ ਤੋਂ ਵੱਧ ਆਮਦਨ ਨਹੀਂ ਹੈਗੀ। ਤੁਹਾਡੀ ਰਿਪੋਰਟ ਦੱਸਦੀ ਹੈ ਵੀ 27 ਰੁਪਏ ਅਸੀਂ ਇੱਕ ਦਿਨ 'ਚ ਖਾਂਦੇ ਹਾਂ, ਅਤੇ ਫਿਰ ਤੁਹਾਡੇ ਇਸ ਕਿਸਮ ਦੇ ਤਰਕ। ਹਾਂ, ਕੋਈ ਮੁੰਡਾ ਵਿਦੇਸ਼ਾਂ 'ਚ ਜਾ ਕੇ ਕਮਾਈ ਕਰਕੇ ਆ ਗਿਆ, ਕਿਸੇ ਨੇ ਸਾਈਡ ਬਿਜ਼ਨਸ ਕਰ ਲਿਆ, ਕੋਈ ਦੁਕਾਨਦਾਰ ਉਹਨੇ ਆਊਟਸਾਈਡ ਬਿਜ਼ਨਸ ਤੋਂ ਆਪ ਨੂੰ ਸਰਵਾਈਵ ਕਰ ਲਿਆ, ਤਾਂ ਉਹਦੇ 'ਚ ਕੀ ਰੌਲਾ ਹੈਗਾ? ਬਾਕੀ ਤਾਂ ਵੱਡਾ ਇੱਕ ਕਿਸਾਨੀ ਦਾ ਹਿੱਸਾ ਤਾਂ ਗਰੀਬੀ ਦੀ ਮਾਰ ਜੀ ਰਿਹਾ। ਕਿਸਾਨ ਨੂੰ ਵੀ ਹੱਕ ਹੈ ਵਧੀਆ ਜ਼ਿੰਦਗੀ। ਦੋ ਕਿਸਮ ਦੀ ਗੱਲ ਹੈ, ਬਾਕੀ ਕੁਛ ਕਿਸਾਨੀ ਹੋਊ ਜਿੰਨਾ ਕੋਲ 4 ਵਿਘੇ ਜ਼ਿਆਦਾ ਹੈ, ਪਰ ਲਾਈਫ ਜਿਉਣ ਦਾ ਰੇਂਜ ਰੋਵਣ ਦਾ ਤੇ ਕਿਸਾਨੀ ਦਾ ਘਾਟੇ ਬੰਦੇ ਸੌਦੇ ਦਾ ਅੱਡ ਅੱਡ ਨੇ। ਇਹਨੂੰ ਦੋਵਾਂ ਨੂੰ ਨਹੀਂ ਦੇਖਦੇ ਵੀ ਜੇ ਕਿਸੇ ਕੋਲ ਰੇਂਜ ਰੋਵਣ ਗੱਡੀ ਵੱਡੀ ਹੈਗੀ ਆ ਤਾਂ ਉਹ ਕਿੱਤਾ ਮੁਨਾਫੇ 'ਚ ਹੈਗਾ। ਅਸਲ ਦੇ ਵਿੱਚ ਪੰਦਰ ਸਾਹਿਬ, ਸ਼ਾਇਦ ਸਾਡੇ ਮੁਲਕ ਦੇ ਵਿੱਚ ਕਿਸਾਨਾਂ ਨੂੰ ਇੰਨਾ ਖੁਸ਼ਹਾਲ ਦੇਖਿਆ ਹੀ ਨਹੀਂ ਲੋਕਾਂ ਨੇ। ਹਾਂ ਨਹੀਂ, ਮਕਸਦ ਤਾਂ ਹੈਗਾ ਵੀ ਬੰਦੇ ਰੋਂਦੇ ਹੀ ਰਹਿਣ, ਉਹ ਤਾਂ ਆਪ ਕਹਿੰਦੇ ਵੀ ਤੁਸੀਂ ਦੱਸੋ ਜੇ ਇੰਨੇ ਖੁਸ਼ਹਾਲ ਆ ਤਾਂ ਫਿਰ 118 ਰੋਜ਼ ਖੁਦਕੁਸ਼ੀਆਂ ਕਿਉਂ ਕਰ ਰਹੇ ਜੀ? ਤਾਂ ਮਤਲਬ ਸਵਾਲ ਹੈ ਵੀ ਇਹ ਤਾਂ ਰੋਂਗ ਪ੍ਰਚਾਰ ਪ੍ਰੋਪੋਗੰਡਾ ਰਿਹਾ ਵੀ ਜਿਹੜੀ ਉਹਨਾਂ ਨੂੰ ਲੱਗਦਾ ਵੀ ਕਿਸਾਨ ਮਜ਼ਦੂਰ ਤਾਂ ਆ ਗਏ ਇਹਨਾਂ ਦੇ ਕੋਲ, ਹੁਣ ਜਿਹੜਾ ਸ਼ਹਿਰੀ ਵਰਗ ਆ ਉਹਨਾਂ ਦੀ ਹਮਾਇਤ 'ਚ ਨਾ ਖੜ ਜਾਵੇ ਜੀ, ਇਹ ਪ੍ਰਚਾਰ ਨਾ ਉਹ ਠਮੂਗਾ। ਮਤਲਬ ਲੋਕਾਂ ਦੀ ਮਰਾਰਲੀ ਸਪੋਰਟ ਤੋੜਨ ਵਾਸਤੇ ਅਜਿਹੀਆਂ ਗੱਲਾਂ ਪ੍ਰਚਾਰ 'ਚ ਆ ਰਹੀਆਂ। ਅਸੀਂ ਸਵਾਲ ਜਿਹੜਾ ਪੁੱਛਿਆ ਸੀ ਉਹ ਮੈਂ ਦੁਬਾਰਾ ਫੇਰ ਸਪਸ਼ਟਤਾ ਦੇ ਨਾਲ ਪੁੱਛੂੰਗੀ। ਤੁਸੀਂ ਕਿਹਾ ਸੀ ਕਿ ਆਪਦੀ ਬਚਾ ਲਈਏ, ਤੇ ਕੀ ਤੁਹਾਡੀ ਜ਼ਮੀਨ ਘਟ ਰਹੀ ਹੈਗੀ ਮੋਰਚੇ ਵਿੱਚ ਜੋ ਤੁਸੀਂ ਆਏ ਹੋ ਜਦੋਂ ਦੇ ਸੰਘਰਸ਼ ਵਿੱਚ ਆਏ? ਮੋਰਚੇ ਨਹੀਂ, ਜਿੱਡੀ ਖੇਤੀ ਚੋਂ ਅਸੀਂ ਆਉਂਦੇ 5-7 ਕੋਲ ਅਸੀਂ ਕੋਈ ਵੇਚੀ ਆ ਖਰੀਦੀ ਨਹੀਂ ਹੈ ਮੋਰਚੇ ਦੀ ਖਾਤਰ, ਸੰਘਰਸ਼ ਐ ਨਹੀਂ ਕਹਿੰਦੇ। ਨਾਰਮਲੀ ਸਾਡੀ ਫੈਮਿਲੀ ਦੇ ਹਾਲਾਤ ਇਹੋ ਜਿਹੇ, ਚੱਲ ਹੁਣ ਕੋ ਬੱਚੇ ਬਾਹਰ ਬੂਰ ਚਲੇ ਗਏ ਜਾਂ ਠੀਕ ਸੈਟ, ਨਾਰਮਲ ਆਪਾਂ ਆਪਣੀ ਵੇਚੀ ਆ ਕੋਈ ਵਿਘਾ ਕਿੱਲਾ, ਖਰੀਦੀ ਨਹੀਂ ਹੈ ਜੀ। ਸੋ ਪੰਧੇਰ ਸਾਹਿਬ, ਕੱਲ ਨੂੰ ਦਿੱਲੀ ਜਾਣ ਦੀ ਕਾਲ ਹੈ, ਤੁਹਾਨੂੰ ਲੱਗਦਾ ਕਿ ਸਰਕਾਰ ਇੰਨੇ ਕੁ ਘੰਟਿਆਂ ਦੇ ਵਿੱਚ ਤੁਹਾਨੂੰ ਸੰਪਰਕ ਕਰ ਸਕਦੀ ਹੈ? ਜੇ ਸੰਪਰਕ ਕਰੂਗੀ, ਤੁਸੀਂ ਗੱਲਬਾਤ ਦਾ ਸੱਦਾ ਕਬੂਲੋਗੇ? ਦੇਖੋ, ਅਸੀਂ ਗੱਲਬਾਤ ਦੇ ਤਾਂ ਸਦਾ ਲਈ ਦਰਵਾਜ਼ੇ ਖੁੱਲ੍ਹੇ ਆ,
ਦੋ ਗੱਲਾਂ ਨੇ, ਉਹ ਚਰਚਾ ਤਾਂ ਹੋ ਗਈ, ਉਹ ਚਾਹੁਣ ਤਾਂ ਦਿੱਲੀ ਉਹ ਅਨਾਊਂਸਮੈਂਟ ਕਰ ਸਕਦਾ ਜੀ, ਜਾਂ ਹੋ ਗਿਆ, ਜਾਂ ਤਾਂ ਮਸਲਿਆਂ ਦਾ ਹੱਲ ਕਰਨ, ਜਾਂ ਆਹ ਬੈਰੀਕੇਡ ਹਟਾਉਣ ਤੇ ਸਾਨੂੰ ਪੀਸਫੁਲੀ ਪੁਰਅਮਨ ਢੰਗ ਨਾਲ, ਉਹਨਾਂ ਨੂੰ ਸਾਥੋਂ ਕੀ ਖਤਰਾ ਵਾ ਉਹ ਦੱਸ ਦੇਣ, ਅਸੀਂ ਉਹਨਾਂ ਦੇ ਸ਼ੰਕੇ ਨਿਵਰਤ ਕਰ ਦਾਂਗੇ, ਸਾਥੋਂ ਖਤਰਾ ਨਾ ਸਮਝੋ, ਅਸੀਂ ਨੰਗੇ ਹੱਥ ਆ, ਆ ਸਾਡੇ ਕੋਲ ਸਾਨੂੰ ਚੈੱਕ ਕਰਨਾ, ਚੈੱਕ ਕਰ ਲਓ। ਖੱਟਰ ਸਾਹਿਬ ਕਹਿ ਰਹੇ ਨੇ ਕਿ ਤੁਹਾਡੇ ਤਰੀਕੇ ਤੇ ਸਾਨੂੰ ਪਰੇਸ਼ਾਨੀ ਸੀ, ਤੁਸੀਂ ਤਰੀਕਾ ਹੋਰ ਅਪਣਾ ਲਓ ਜਿਹੜਾ ਉਹ ਚਾਹੁੰਦੇ ਨੇ। ਕਦੀ ਖੱਟਰ ਸਾਹਿਬ ਸਾਹਮਣੇ ਆਏ ਆ ਜਾਣ, ਉਹ ਆ ਕੇ ਗੱਲ ਤਾਂ ਕਰਨ, ਫਿਰ ਦੇਖ ਲਈਏ ਵੀ ਤਰੀਕੇ ਤੇ ਤੁਹਾਨੂੰ ਤਰੀਕਾ ਕਿਹੜਾ ਠੀਕ ਲੱਗਦਾ। ਠੀਕ ਆ, ਜੇ ਕੋਈ ਕਹੇ ਵੀ ਟਰੈਕਟਰ ਟਰਾਲੀਆਂ ਖੜੋ ਹੀ ਨਾ, ਇਹ ਤਾਂ ਨਹੀਂ ਹੈਗਾ। ਦੇਖੋ ਨਾ ਟਰੈਕਟਰ ਟਰਾਲੀਆਂ 'ਚ ਕੀ ਭਰ ਕੇ ਲੈ ਕੇ ਜਾ ਰਹੇ ਸੀ ਤੁਸੀਂ? ਉਹ ਤਾਂ ਚੈੱਕ ਕਰ ਲੈਣ, ਉਹ ਤਾਂ ਉਹ ਖੱਟਰ ਸਾਹਿਬ ਆਏ, ਉਹਨਾਂ ਨੂੰ ਬਖਾਰਾ ਵਿਖਾ ਦੇਣੇ ਵੀ ਕੀ ਆ ਜੀ। ਸਾਡਾ ਮਕਸਦ ਹੈ ਭਾਰਤ ਦੇ ਹਰ ਮੇਲੇ ਜਾਂ ਜੇ ਟਰੈਕਟਰ ਟਰਾਲੀਆਂ ਜਾ ਰਹੀਆਂ ਨੇ ਜੀ ਜੀ, ਅਸੀਂ ਜਿੱਥੇ ਵੀ ਕਿਸਾਨ ਜਾਂਦੇ ਹਾਂ, ਹਿੱਜਤ ਕਰਦੇ ਹਾਂ, ਕੋਈ ਮਾੜਾ ਅਸੀਂ ਟਰੈਕਟਰ ਟਰਾਲੀਆਂ ਵਰਤਦੇ ਹਾਂ, ਤੁਹਾਨੂੰ ਭਾਰਤ ਦੇ ਜਿੰਨੇ ਮੇਲਿਆਂ ਵਿੱਚ ਟਰੈਕਟਰ ਟਰਾਲੀਆਂ ਜਾਣ, ਤੁਹਾਡੀਆਂ ਆਪ ਦੀਆਂ ਰੈਲੀਆਂ ਵਿੱਚ ਕਿਸਾਨ ਜਿਹੜੇ ਉਹ ਟਰੈਕਟਰ ਟਰਾਲੀਆਂ ਤੇ ਜਾਣ, ਉੱਥੇ ਤਾਂ ਇਤਰਾਜ਼ ਕੋਈ ਨਹੀਂ ਹੈ, ਪਰ ਜੇ ਅਸੀਂ ਦਿੱਲੀ ਜਾਂਦੇ ਫਿਰ ਸਾਡੇ ਤੇ ਇਤਰਾਜ਼ ਹੈਗਾ, ਕਹਿਣ ਦਾ ਢੰਗ ਅੱਡ। ਇੱਥੇ ਸਰਕਾਰ ਨੂੰ ਲੱਗਦਾ ਕਿ ਦੇਖੋ ਜੇ ਦਿੱਲੀ ਨਹੀਂ ਜਾਣ ਦਿੱਤਾ ਤਾਂ ਉਹਨਾਂ ਨੂੰ ਲੱਗਦਾ ਕਿ ਇੱਥੇ ਕਿਸਾਨ ਬੈਠੇ ਰਹਿਣ, ਇੱਥੇ ਬੈਠਣ ਤੇ ਦਿੱਲੀ ਬੈਠਣ 'ਚ ਫਰਕ ਕੀ ਹੈ, ਸਰਕਾਰ ਨੂੰ ਕੀ ਫਰਕ ਪਊਗਾ? ਦੇਖੋ ਮੈਨੂੰ ਨਹੀਂ ਲੱਗਦਾ ਕੋਈ ਫਰਕ ਹੈ, ਦੇਖੋ ਮੈਨੂੰ ਐ ਨਹੀਂ ਲੱਗਦਾ, ਦਬਾਅ ਤਾਂ ਇੱਥੋਂ ਵੀ ਪੈ ਰਿਹਾ, ਉੱਥੋਂ ਵੀ ਪੈ ਰਿਹਾ, ਪਰ ਸਵਾਲ ਸਿਰਫ ਇੰਨਾ ਵਾ ਵੀ ਇਹ ਮੋਰਚੇ ਨੂੰ ਫੇਲ ਕਰਨ ਵਾਸਤੇ ਇਹਨੂੰ ਇੱਕ ਥਾਂ ਤੇ ਰੋਕਿਆ ਜਾ ਰਿਹਾ ਜੀ। ਜੇ ਅਸੀਂ ਦਿੱਲੀ ਜਾ ਕੇ ਬਹਿੰਦੇ ਸਾਨੂੰ ਹਰਿਆਣੇ ਦੀ ਸਪੋਰਟ ਬਹੁਤ ਜ਼ਿਆਦਾ ਮਿਲ ਜੂ, ਯੂਪੀ ਦੀ ਸਪੋਰਟ ਮਿਲ ਜੂ, ਮੀਡੀਆ ਇਹਦੇ ਨੂੰ ਵੱਡਾ ਖੇਤਰ ਹੋ ਜੂ, ਹੋਰ ਕੁਛ ਨਹੀਂ ਹੈ, ਮੰਗਾਂ ਤਾਂ ਇੱਥੋਂ ਵੀ ਮਨਾਉਣੀਆਂ ਤੇ ਮੰਗਾਂ ਉੱਥੋਂ ਮਿਲ, ਫਿਰ ਦੂਜਾ ਤੁਸੀਂ ਇਹ ਫੈਸਲਾ ਕਰ ਲਿਆ ਵੀ ਤੁਹਾਨੂੰ ਆਹ ਦਿੱਲੀ ਜਾਣ ਵਾਲਾ ਆਪਣੀ ਰਾਜਧਾਨੀ ਵਿੱਚ ਜਾ ਕੇ ਪ੍ਰੋਟੈਸਟ ਕਰਨ ਵਾਲਾ ਜਮਹੂਰੀ ਹੱਕ ਅਸੀਂ ਅਰਧ ਸੈਨਿਕ ਫੋਰਸ ਲਾ ਕੇ ਕੁਚਲਾਂਗੇ, ਫੈਸਲਾ ਫਿਰ ਆਹ ਲਾਗੂ ਕਰ ਰਹੇ ਜੀ, ਉਦਾਂ ਤਾਂ ਕੋਈ ਰੌਲਾ ਨਹੀਂ ਕਿਤੋਂ ਵੀ ਮੋਰਚਾ ਚੱਲ ਸਕਦਾ ਜੀ ਜੀ ਬਿਲਕੁਲ। ਸੋ ਜੇ ਕੋਈ ਵੀ ਹੱਲ ਨਹੀਂ ਹੁਣ ਇੰਨੇ ਕੁ ਘੰਟਿਆਂ ਵਿੱਚ, ਨਾ ਸਰਕਾਰ ਐਲਾਨ ਕਰੇ ਨਾ ਹੀ ਸਰਕਾਰ ਤੁਹਾਨੂੰ ਗੱਲਬਾਤ ਲਈ ਸੱਦਾ ਦੇਵੇ, ਫਿਰ ਤਾਂ ਤੁਸੀਂ ਦਿੱਤਾ ਹੀ ਹੋਇਆ ਕਿ ਅਸੀਂ ਕੱਲ੍ਹ ਨੂੰ ਜਾਣਾ ਹੀ ਜਾਣਾ, ਤੇ ਫਿਰ ਤਿਆਰੀ ਕੀ ਹੈ? ਫੋਰਸਾਂ ਨੇ ਤਾਂ ਜਦੋਂ ਤੁਸੀਂ ਕਈ ਮਹੀਨੇ ਪਹਿਲਾਂ ਐਲਾਨ ਕੀਤਾ ਸੀ ਵੀ 13 ਨੂੰ ਦਿੱਲੀ ਕੂਚ ਹੈ, ਉਦੋਂ ਦੀ ਤਿਆਰੀ ਕਰ ਰੱਖੀ ਹੈ, ਸਰਕਾਰਾਂ ਨੇ ਤਿਆਰੀ ਕਰ ਰੱਖੀ, ਤੁਹਾਡੀ ਹੁਣ ਰਣਨੀਤੀ ਕੀ ਹੈ? ਪਤਾ ਲੱਗ ਗਿਆ ਕਿ ਗੋਲੇ ਉਦਣ ਦਾਗੇ ਨੇ। ਦੇਖੋ ਸਵਾਲ ਤਾਂ ਵੀ ਸਾਡੀ ਕੋਈ ਰਣਨੀਤੀ ਨਹੀਂ ਹੈ, ਖਾਲੀ ਹੱਥ ਹੈਗੇ, ਠੀਕ ਹੈ, ਸਾਡੀ ਰਣਨੀਤੀ ਆ ਵੀ ਪੀਸਫੁਲੀ ਰਹਿਣਾ ਅਸੀਂ, ਇਹ ਸਾਡੀ ਆਪਣੇ ਨੌਜਵਾਨਾਂ ਨੂੰ ਰੱਖਿਆ, ਉਹ ਨੰਗੇ ਪਿੰਡਿਆਂ ਦੇ ਗੋਲੇ ਵੀ ਚਲਾਉਣਗੇ, ਰਬੜ ਦੀਆਂ ਗੋਲੀਆਂ ਵੀ ਚਲਾਉਣਗੇ, ਸਾਰਾ ਕੁਛ ਕਰਨਗੇ, ਅਸੀਂ ਸਾਂਭਾਂਗੇ ਜੀ, ਜਬਰ ਦਾ ਮੁਕਾਬਲਾ ਸਬਰ ਨਾਲ ਕਰਾਂਗੇ। ਪਰ ਨੁਕਸਾਨ ਵੀ ਤਾਂ ਹੋਊਗਾ ਨਾ? ਦੇਖੋ ਨੁਕਸਾਨ ਤਾਂ ਸਾਡੇ ਖਾਤੇ ਨਹੀਂ ਆਉਂਦਾ, ਅਸੀਂ ਤਾਂ ਆ ਰਹੇ ਹਾਂ, ਸਾਡੇ ਆਉਣ ਤੋਂ 10 ਦਿਨ ਪਹਿਲਾਂ ਲਾ ਕੇ ਬੈਠੇ ਬੈਰੀਕੇਡ, ਨੁਕਸਾਨ ਤਾਂ ਉਹਨਾਂ ਦੇ ਖਾਤੇ ਪੈਣਾ ਚਾਹੀਦਾ ਜਿਹੜੇ ਸਾਡੇ ਤੇ ਅਰਧ ਸੈਨਿਕ ਫੋਰਸ ਵਰਤ ਰਹੇ ਨੇ, ਜਿਹੜੇ ਸਾਡੇ ਜਬਰ ਕਰ ਲੈ ਨੇ, ਅਸੀਂ ਤਾਂ ਨਹੀਂ ਕੁਛ ਕਰ ਰਹੇ, ਅਸੀਂ ਤਾਂ ਪੂਰਾ ਬਣਿਆ ਨਾ, ਹੁਣ ਜਿਹੜੀ ਜੇ ਸਟੇਟ ਸਾਡੇ ਤੇ ਹਮਲਾ ਕਰਦਾ, ਸਟੇਟ ਸਾਡੇ ਤੇ ਜਬਰ ਕਰਦਾ, ਤੇ ਜਵਾਬਦੇਹੀ ਵੀ ਸਟੇਟ ਦੀ ਹੋਣੀ ਚਾਹੀਦੀ, ਪੂਰੀ ਦੁਨੀਆ ਨੂੰ ਪਤਾ ਲੱਗ ਰਿਹਾ ਵੀ ਪੂਰੇ ਹਰਿਆਣੇ ਦੇ ਵਿੱਚ 25,000 ਅਰਧ ਸੈਨਿਕ ਫੋਰਸ ਪਿੰਡਾਂ 'ਚ ਘੁੰਮ ਰਹੇ ਆ ਜੀ ਜੀ, ਦੁਨੀਆ ਦੇਖ ਰਹੀ ਆ, ਤਾਂ ਜਵਾਬਦੇਹੀ ਮੋਦੀ ਸਾਹਿਬ ਦੀ ਬਣਦੀ ਹੈਗੀ। ਪਰ ਤੁਹਾਨੂੰ ਲੱਗਦਾ ਵੀ ਇੱਥੇ ਜਵਾਬਦੇਹੀ ਮੰਨਦਾ ਕੋਈ ਸਰਕਾਰਾਂ ਕੋਲ ਇਹੋ ਜਿਹੀ ਚੀਜ਼ ਹੈਗੀ ਹੈ ਕਿ ਉਹ ਆਪਦੀ ਆਨਸਰੇਬਲ ਹੈਗੀ ਆ ਕਿਸੇ ਨੂੰ? ਦੇਖੋ ਮੈਨੂੰ ਨਹੀਂ ਲੱਗਦਾ ਜਵਾਬਦੇਹੀ ਮਨਵਾ ਲੈਂਦੇ ਹੁੰਦੇ ਲੋਕ, ਸਵਾਲ ਨੈਤਿਕਤਾ ਦਾ ਹੈਗਾ। ਬੜੇ ਬੜੇ ਸਟਰੋਂਗ ਦੇਸ਼ ਦੇ ਪ੍ਰਧਾਨ ਮੰਤਰੀ ਹੋਏ ਨੇ, ਉਹਨਾਂ ਦੀਆਂ ਇਸ ਮੁਲਕ ਦੇ ਲੋਕਾਂ ਨੇ ਜਵਾਬਦੇਹੀਆਂ ਕੀਤੀਆਂ ਨੇ। ਹਾਂ, ਕਾਰਪੋਰੇਟ ਇੱਕ ਦੀ ਮੌਤ ਤੋਂ ਬਾਅਦ ਦੂਜਾ ਪ੍ਰਧਾਨ ਮੰਤਰੀ ਹਰ ਦੁੱਖ ਖੜਾ ਕਰ ਲੈਂਦਾ, ਨੀਤੀ ਤਾਂ ਉਹਨਾਂ ਦੀ ਲਾਗੂ ਹੋ ਰਹੀ, ਪਰ ਜਵਾਬਦੇਹੀਆਂ ਪੰਜਾਬ ਦੇ ਅੰਦਰ ਹੋਣ ਚਾਹੇ ਬਾਹਰ ਹੋਣ, ਜਵਾਬਦੇਹੀਆਂ ਤਾਂ ਹੋਈਆਂ ਨੇ, ਲੋਕਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ ਹੈਗਾ, ਸੱਤਾ ਤੋਂ ਕੱਢ ਬਾਹਰ ਮਾਰਿਆ ਹੈਗਾ। ਤਾਂ ਇਹ ਜਦੋਂ ਸੱਤਾ ਤੋਂ ਲੋਕ ਬਾਹਰ ਕੱਢਦੇ ਨੇ ਤਾਂ ਉਹ ਜਵਾਬਦੇਹੀ ਹੁੰਦੀ ਆ ਵੀ ਤੁਹਾਨੂੰ ਅਸੀਂ ਪਸੰਦ ਨਹੀਂ ਕਰਦੇ ਹੈਗੇ, ਤੁਹਾਨੂੰ ਚੰਗਾ ਨਹੀਂ ਚਾਹੁੰਦੇ ਹੈਗੇ। ਜਿਵੇਂ ਇਸ ਵੇਲੇ ਕਾਂਗਰਸ
ਜ਼ੋਰ ਲਾ ਰਹੀ ਹੈ ਸੱਤਾ 'ਚ ਜੀ, ਅਤੇ ਕਾਂਗਰਸ ਨੂੰ ਲੋਕ ਸਬਕ ਹੀ ਸਿਖਾ ਰਹੇ ਆ ਵੀ ਤੁਹਾਨੂੰ ਅਸੀਂ ਪਸੰਦ ਨਹੀਂ ਕਰਦੇ ਪਿਛਲੇ ਪ੍ਰੋਗਰਾਮ ਤੋਂ, ਅਤੇ ਜੇ ਕਾਂਗਰਸ ਨੇ ਇੰਨਾ ਸਾਲ ਰਾਜ ਕੀਤਾ ਉਹਨਾਂ ਦੀ ਸੱਤਾ ਨਹੀਂ ਰਹੀ ਤਾਂ ਇਹ ਕਹਿਣ ਵੀ 10 ਸਾਲਾਂ ਬਾਅਦ ਇਹਨਾਂ ਨੇ ਪਟਾ ਲਿਖਾ ਲਿਆ ਹਿੰਦੁਸਤਾਨ ਦੀ ਸੱਤਾ ਦਾ, ਇਹਨਾਂ ਕੋਲ ਵੀ ਨਹੀਂ ਰਹਿਣੀ ਹੈਗੀ। ਤੁਸੀਂ ਜਿਹੜਾ ਕਿਹਾ ਹੁਣੇ ਕਿ ਸ਼ਾਂਤਮਈ ਤਰੀਕੇ ਨਾਲ ਸਾਡਾ ਪ੍ਰੋਟੈਸਟ ਹੋਊ, ਸ਼ਾਂਤਮਈ ਤਰੀਕੇ ਨਾਲ ਅੱਗੇ ਵਧਾਂਗੇ, ਸ਼ਾਂਤਮਈ ਤਰੀਕਾ ਤਾਂ ਫਿਰ ਇਹੀ ਹੈ ਕਿ ਉਹ ਰੋਕਣਗੇ, ਇੱਥੇ ਰੋਕ ਕੇ ਫਿਰ ਇੱਥੇ ਬੈਠੇ ਰਹਿਣਗੇ, ਇਹੀ ਇਹੀ ਮਤਲਬ ਦੋ ਦੋ ਐ ਨਹੀਂ ਹੈਗਾ। ਜੇ ਗੁਰੂ ਕੇ ਬਾਗ ਦੇ ਮੋਰਚੇ ਦੀ ਗੱਲ ਕਰੀਏ ਜੀ, ਉਹ ਪੀਸਫੁਲੀ ਸੀ, ਰੋਕ ਕੇ ਥੋੜਾ ਸੀ, ਜਾਂਦਾ ਸੀ ਜੱਥਾ ਮਾਰਦੇ ਸੀ ਕੁੱਟਦੇ, ਆ ਜਾਂਦਾ ਦੂਜਾ ਜੱਥਾ ਚਲ ਜਾਂਦਾ। ਅਸੀਂ ਆਪਣੀ ਪ੍ਰੋਟੈਸਟ ਨੂੰ ਅੱਗੇ ਵਧਣ ਨੂੰ ਰੋਕ ਨਹੀਂ ਰਹੇ। ਹਾਂ ਠੀਕ ਹੈ, ਸਰਕਾਰ ਤਗੜੀ ਹੈ ਸਾਨੂੰ ਰੋਕਣ 'ਚ ਕਾਮਯਾਬ ਰਹੇ ਜੀ, ਦੋ ਕਿਸਮ ਦੇ ਹੁੰਦਾ ਵੀ ਅਸੀਂ ਜਾਣਾ ਹੀ ਨਹੀਂ, ਸਾਡਾ ਇਹ ਤਾਂ ਫੈਸਲਾ ਨਹੀਂ ਹੈ, ਬਿਲਕੁਲ ਸਾਡਾ ਫੈਸਲਾ ਅਸੀਂ ਮੂਵ ਕਰਨਾ ਪੀਸਫੁਲੀ, ਕਰਨਗੇ ਅਸੀਂ ਪਿਛਾਂਹ ਮੋੜ ਆਇਆ ਕਰਾਂਗੇ, ਫਿਰ ਵਧਿਆ ਕਰਾਂਗੇ ਮੋੜ ਆਇਆ, ਸਾਡਾ ਤਾਂ ਮਕਸਦ ਕੋਈ ਨਹੀਂ ਹੈ ਆਹ ਗੱਲਾਂ 'ਚ, ਯਾਨੀ ਕਿ ਡਿਫੈਂਡ ਕਰੋਗੇ ਬਟ ਮੁਕਾਬਲਾ ਨਹੀਂ ਕਰੋਗੇ। ਕਿਉਂ ਦੇਖੋ ਮੁਕਾਬਲੇ 'ਚ ਆਮ ਜਨਤਾ ਕਦੀ ਸਰਕਾਰ ਦੇ ਮੁਕਾਬਲੇ 'ਚ ਹੁੰਦੀ ਨਹੀਂ ਹੁੰਦੀ, ਨਾ ਉਹਦਾ ਬਣਦਾ ਹੁੰਦਾ ਵੀ ਅਸੀਂ ਫੌਜਾਂ ਦਾ ਮੁਕਾਬਲਾ ਕਰਦਾ, ਕਿ ਨਾ ਸਾਡੇ ਕੋਈ ਇਸ ਕਿਸਮ ਦੀ ਪੋਲਿਸੀ ਹੈ, ਅਸੀਂ ਤਾਂ ਵੀ ਪੋਲੀਟੀਕਲ ਹਾਂ, ਪੋਲੀਟੀਕਲ ਢੰਗ ਨਾਲ ਤੁਹਾਡਾ ਸ਼ਾਂਤਮਈ ਤਰੀਕੇ ਨਾਲ ਤੁਹਾਡਾ ਵਿਰੋਧ ਕਰਾਂਗੇ, ਦੁਨੀਆ ਦੇਖ ਰਹੀ ਤੁਹਾਨੂੰ ਜਵਾਬ ਦਊ ਦੁਨੀਆ, ਫਿਰ ਜੇ ਸਾਡੇ ਨੰਗੇ ਪਿੰਡਿਆਂ ਦੇ ਤਸ਼ੱਦਦ ਕਰੋਗੇ ਤੁਹਾਨੂੰ ਲੋਕ ਜਵਾਬ ਦੇਣਗੇ ਇਸ ਗੱਲ ਜੀ। ਤਾਂ ਸਟੈਂਡ ਉਹੀ ਹੈ ਕਿ MSP ਦਾ ਪੱਕਾ ਕਾਨੂੰਨ ਬਣੇ, ਉਸ ਤੋਂ ਘੱਟ ਕੋਈ, ਜੇ ਹੁਣ ਸਰਕਾਰ ਕਹਿ ਦੇਵੇ ਕਿ 5 ਨਹੀਂ 23 ਫਸਲਾਂ 'ਤੇ ਅਸੀਂ MSP ਦਿੰਦੇ ਹਾਂ, ਅਤੇ ਪਰ ਕੰਟਰੈਕਟ ਬੇਸ 'ਤੇ ਦਿੰਦੇ ਹਾਂ। ਦੇਖੋ ਸਵਾਲ ਹੈ, ਕੰਟਰੈਕਟ ਬੇਸ ਰੱਦ ਕਰ ਦਿੱਤਾ ਜੀ, ਉਹ 'ਚ ਸਾਡਾ ਰੌਲਾ ਹੀ ਕੋਈ ਨਹੀਂ ਹੈਗਾ, ਨਾ ਅਸੀਂ ਮੰਨਣਾ ਹੈਗਾ ਜੀ, ਠੀਕ ਹੈ ਜੀ, ਉਹ ਫਾਰਮੂਲਾ ਹੋ ਰਿਹਾ ਸਾਡਾ ਤਾਂ ਸਾਫ਼ ਹੈ। ਜਿਵੇਂ ਪੰਜਾਬ ਦੇ ਵਿੱਚ ਪ੍ਰੋਕਿਓਰਮੈਂਟ ਚੱਲਦੀ ਆ, ਖਰੀਦ ਹੁੰਦੀ ਆ, ਇੱਥੇ ਮੰਡੀ ਬੋਰਡ ਦਾ ਢਾਂਚਾ ਵਾ, ਇੱਥੇ ਮਾਰਕੀਟ ਕਮੇਟੀਆਂ ਨੇ ਜੀ ਜੀ, ਤਾਂ ਉਹ ਇਸ ਫਾਰਮੂਲੇ ਨੂੰ ਪੂਰੇ ਦੇਸ਼ 'ਚ ਲਾਗੂ ਕਰ ਸਕਦੇ ਨੇ। ਇੱਕ ਸਭ ਤੋਂ ਪਿਓਰਟੀ ਸਾਡੀ ਮੰਗ ਹੈ ਵੀ ਇਹ ਤੁਸੀਂ ਇੱਕ ਤਾਂ ਤੁਸੀਂ ਪ੍ਰੋਕਿਓਰਮੈਂਟ ਖੁਦ ਕਰੋਗੇ, ਇਹਦੇ 'ਚ ਤਾਂ 2.25 ਲੱਖ ਕਰੋੜ ਰੁਪਈਆ ਲੱਗ ਸਕਦਾ ਜੀ ਜੀ, ਪਰ ਜੇ ਤੁਸੀਂ MSP ਲੀਗਲ ਗਰੰਟੀ ਕਾਨੂੰਨ ਬਣਾਓ ਜਿਹੜਾ ਸਾਡੇ ਲਈ ਅਤ ਜ਼ਰੂਰੀ ਆ, ਤਾਂ ਉਹਦੇ 'ਚ ਤੁਹਾਡੇ ਪੈਸੇ ਇਹਨੂੰ ਘੱਟ ਲੱਗ ਸਕਦੇ ਜੀ, ਠੀਕ ਹੈ। ਤਾਂ ਸਰਕਾਰ ਅਸਲ MSP ਲੀਗਲ ਗਰੰਟੀ ਕਾਨੂੰਨ ਬਣਾਏ, ਖਰੀਦੇ ਸਾਡੇ ਵੱਲੋਂ ਜਿਹੜਾ ਮਰਜ਼ੀ ਸਵਾਲ ਹੈ ਨਾ, ਉਹਦੇ ਲਈ ਮੰਡੀ ਢਾਂਚਾ ਵੀ ਗਾਂ ਹੌਲੀ ਹੌਲੀ ਵਿਕਸਿਤ ਹੋ ਜੂ ਜੀ। ਅਸੀਂ ਤਾਂ ਉੱਤੇ ਖੜੇ ਹਾਂ, ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ 'ਤੇ ਖੜੇ ਹੈਗੇ, ਇਹਨਾਂ ਗੱਲਾਂ 'ਤੇ ਖੜੇ ਹੈਗੇ। MSP ਦੇ ਬਾਰੇ ਜੋ ਜਾਣਦੇ ਹਾਂ ਤਾਂ ਇਹਦਾ ਫਾਇਦਾ ਇਕੱਲੇ ਕਿਸਾਨਾਂ ਨੂੰ ਨਹੀਂ, ਭਾਰਤ ਦੇ ਹਰ ਨਾਗਰਿਕ ਨੂੰ ਹੁੰਦਾ, ਪਰ ਸਰਕਾਰ ਨੂੰ ਕੀ ਤਕਲੀਫ ਹੈ, ਕੀ ਤੁਸੀਂ ਸੋਚਦੇ ਹੋ ਸਰਕਾਰ ਕਿਉਂ ਨਹੀਂ ਤੁਹਾਨੂੰ ਦੇ ਰਹੀ MSP? ਹਾਂ ਦੇਖੋ, ਦੋ ਕਿਸਮ ਦੇ ਆ ਵੀ MSP 'ਤੇ ਕਈ ਗਲਤ ਸੋਸ਼ਲ ਮੀਡੀਆ 'ਤੇ ਆ ਵੀ ਇਹਦੇ ਨਾਲ ਆਟਾ ਮਹਿੰਗਾ ਹੋ ਜੂ। ਦੇਖੋ MSP ਦਾ ਮਤਲਬ ਜਿਹੜੀਆਂ ਫਸਲਾਂ 'ਤੇ ਸਰਕਾਰ ਪ੍ਰੋਕਿਓਰਮੈਂਟ ਕਰਦੀ ਆ ਜੀ, ਮਜ਼ਦੂਰ ਨੂੰ ਉਹਦਾ ਫਾਇਦਾ ਹੋਊ, ਜੇ ਸਰਕਾਰ ਸਾਥੋਂ ਖਰੀਦੂਗੀ ਤਾਂ ਫਿਰ PDS ਦੇ ਵਿੱਚ ਵੰਡੂਗੀ ਜੀ। 80 ਕਰੋੜ ਲੋਕਾਂ ਨੂੰ ਜੇ PDS ਦੇ ਵਿੱਚ ਵੰਡਿਆ ਜਾ ਰਿਹਾ ਤਾਂ ਹੀ ਵੀ ਉਹ ਸਾਡੀ ਫਸਲਾਂ ਦੀ ਖਰੀਦ ਹੋ ਰਹੀ ਆ। ਜਿੱਦਣ ਸਰਕਾਰ ਖਰੀਦ ਤੋਂ ਭੱਜ ਗਈ ਉਦਣ ਕਿਸੇ ਨੂੰ ਸਸਤਾ ਅਨਾਜ ਵੀ ਨਹੀਂ ਮਿਲਣਾ। ਤੋ ਜਿੰਨਾ ਉਹ ਸਰਕਾਰ ਪ੍ਰੋਕਿਓਰਮੈਂਟ 'ਤੇ ਆਊਗੀ ਉਨਾ ਹੀ ਅਸੀਂ ਅੱਗੇ ਬੰਨੇ ਵਧਾ ਸਕਦੇ ਹੈਗੇ ਹਾਂ। ਉਹਦੇ ਵਿੱਚ ਹੈਗਾ ਵੀ ਸਾਨੂੰ ਜਦੋਂ C2+50% ਅਸੀਂ ਕਹਿੰਦੇ ਹਾਂ, ਉਹਦੇ 'ਚ ਮਜ਼ਦੂਰ ਦੀ ਲੇਬਰ ਵੀ ਪੈਣੀ ਹੈ, ਜਦੋਂ ਮਜ਼ਦੂਰ ਦੀ ਲੇਬਰ ਸਾਨੂੰ ਮਿਲ ਗਈ ਆਪਣੇ ਝੋਨੇ 'ਤੇ, ਅਸੀਂ ਉਹਨੂੰ ਵੱਧ ਦੇ ਦਿਆਂਗੇ ਲੇਬਰ, 500 ਦੇ ਤਾਂ 1000 ਦੇ ਦਿਆਂਗੇ, 1500 ਦੇ ਦਿਆਂਗੇ, ਤਾਂ ਮਜ਼ਦੂਰ ਦੀ ਹੋਣੀ ਸਾਡੇ ਕਿੱਤੇ ਨਾਲ ਜੁੜੀ ਹੋਈ, ਸਾਡੇ ਕਿੱਤੇ ਦੇ ਘਾਟੇ ਤੋਂ ਮੁਨਾਫੇ ਵੱਲ ਜਾਣਨਾ ਦਰ ਉਦੋਂ ਕਰ ਜੇ ਏਡੇ ਵੱਡੇ ਲੋਕਾਂ ਦੇ ਵਿੱਚ ਖਰੀਦ ਸ਼ਕਤੀ ਵਧੂਗੀ ਤੇ ਪੂਰੇ ਭਾਰਤ ਦੇ ਬਾਜ਼ਾਰ ਨੂੰ ਉਹਦੀ GDP ਨੂੰ ਫਾਇਦਾ ਦਊਗੀ ਜੀ। ਆਇਆ ਜੀ, ਸੋ ਪੰਦੇਰ ਸਾਹਿਬ, ਅਸੀਂ ਕਿਸਾਨਾਂ ਦੇ ਨਾਲ ਮੋਰਚੇ ਦੇ ਵਿੱਚ ਗੱਲਬਾਤ ਕੀਤੀ, ਉਹਨਾਂ ਦਾ ਸਟੈਂਡ ਇਹੀ ਹੈ ਕਿ ਪਹਿਲਾਂ ਅਸੀਂ 2 ਸਾਲ ਦੇ ਕਰੀਬ ਬੈਠੇ ਰਹੇ, ਪਹਿਲਾਂ ਪੰਜਾਬ 'ਚ ਬੈਠੇ ਰਹੇ, ਫਿਰ ਦਿੱਲੀ ਗਏ, ਫਿਰ ਸਰਕਾਰ ਦੇ ਉੱਤੇ ਭਰੋਸਾ ਕਰਕੇ ਮੋਰਚਾ ਜਿਹੜਾ ਹੈਗਾ ਉਹ ਮੁਲਤਵੀ ਕਰ ਦਿੱਤਾ ਗਿਆ, ਹੁਣ ਫਿਰ ਉਹੀ ਮੰਗਾਂ ਨੂੰ ਲੈ ਕੇ ਬੈਠਣਾ ਪੈ ਰਿਹਾ, ਤੇ ਲੋਕਾਂ ਨੂੰ ਤਾਂ ਬਹੁਤ ਭਰੋਸਾ ਵੀ ਤੁਸੀਂ ਪਿੱਛੇ ਨਹੀਂ ਹਟੋਗੇ,
ਤੁਹਾਡਾ ਸਟੈਂਡ ਪੱਕਾ ਹੈਗਾ ਕਿ MSP ਲੈ ਕੇ ਹੀ ਜਾਓਗੇ ਜਾਂ ਫਿਰ ਪਹਿਲਾਂ ਵਾਂਗੂ ਗਲਤੀ ਹੋ ਜਾਣੀ ਹੈ? ਦੇਖੋ, ਐ ਨਹੀਂ ਹੈਗਾ, ਦੋ ਕੰਮ। ਸਵਾਲ ਤਾਂ ਸਿਰਫ ਹੈਗਾ ਵਾ ਵੀ ਅਸੀਂ ਭਾਰਤ ਸਰਕਾਰ ਨੂੰ ਸਮਾਂ ਦੇ ਕੇ ਆਏ ਹਾਂ ਜੀ, ਭਾਰਤ ਸਰਕਾਰ ਨਾਲ ਗੱਲ ਕਰਨ ਨੂੰ ਤਿਆਰ ਹਾਂ, ਜਮਹੂਰੀ ਹੱਕ ਮੰਗਦੇ ਹਾਂ ਵੀ ਅੰਦੋਲਨ ਕਰਨ ਦਾ ਹੱਕ ਦਿੱਤਾ ਜਾਵੇ। ਸਰਕਾਰ ਜੇ ਜਮਹੂਰੀ ਹੱਕ ਦਿੰਦੀ ਆ ਸੰਘਰਸ਼ ਕਰਨ ਦਾ, ਤੇ ਆਪਾਂ ਉਦੋਂ ਤੱਕ ਉਸ ਸੰਘਰਸ਼ ਦੀ ਵਰਤੋਂ ਕਰਾਂਗੇ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ। ਹੁਣ ਸਾਡੇ ਸੰਘਰਸ਼ ਨੂੰ ਕੁਚਲਣ 'ਤੇ ਆਈ ਹੋਈ ਸਰਕਾਰ, ਤਾਂ ਉਸ ਜਬਰ ਲਈ ਵੀ ਅਸੀਂ ਤਿਆਰ ਹੈਗੇ। ਠੀਕ ਹੈ, ਅਸੀਂ ਸਬਰ ਨਾਲ ਇਹ ਜਬਰ ਦਾ ਮੁਕਾਬਲਾ ਕਰਾਂਗੇ ਜੀ। ਸਰਕਾਰ ਅੱਜ ਤੁਹਾਨੂੰ ਕਹਿ ਦੇ ਕਿ MSP ਦਿੰਦੇ ਹਾਂ ਅਸੀਂ ਸਾਰੀਆਂ ਫਸਲਾਂ 'ਤੇ, ਪੱਕਾ ਕਾਨੂੰਨ ਬਣਾਵਾਂਗੇ, ਵਿਸ਼ਵਾਸ ਕਰ ਲਓਗੇ? ਜ਼ੁਬਾਨੀ ਕਹਿ ਦਿਓ ਤਾਂ ਨਾ ਨਹੀਂ ਹੁੰਦਾ, ਉਹਨਾਂ ਕੋਲ ਅਜੇ ਵੀ ਪਾਰਲੀਮੈਂਟ ਹੈਗੀ ਆ, ਉਹ ਇੱਕ ਦਿਨ ਦਾ ਸੈਸ਼ਨ ਸੱਦ ਕੇ ਕਿਸੇ ਵਿਰੋਧੀ ਧਿਰ ਨੇ ਇਸ ਕਿਸਾਨਾਂ ਦੇ ਮੁੱਦੇ ਤੇ ਵਿਰੋਧ ਨਹੀਂ ਕਰਨਾ ਹੈ, ਇਸ ਟਾਈਮ ਨਹੀਂ ਕਰਨਾ, ਮੈਨੂੰ ਨਹੀਂ ਲੱਗਦਾ ਜੀ ਜੀ। ਤੋ ਕੀ ਗੱਲ ਇੱਛਾ ਸ਼ਕਤੀ ਦੀ, ਇਹਦੇ 20 ਕਿਸਮ ਦੇ ਰਾਹ ਹੈਗੇ, ਉਹ ਮਾਨਤਾ ਬਣਾਉਣ ਵੀ ਅਸੀਂ ਕਿਸਾਨਾਂ ਨੂੰ ਰਾਹਤ ਦੇਣੀ ਹੈ ਜੀ, ਫਿਰ ਅੱਗੇ ਵਧਿਆ ਜਾ ਸਕਦਾ। ਹੁਣ ਚੋਣਾਂ ਸਿਰ ਤੇ ਨੇ ਤੇ ਸਰਕਾਰ, ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਕਿਉਂ ਤੁਹਾਡੀ ਮੰਗ ਨਾ ਮੰਨ ਕੇ ਆਪਣਾ ਨੁਕਸਾਨ ਕਰਵਾ ਰਹੀ ਹੈ ਇੱਕ ਤਰੀਕੇ ਦੇ ਨਾਲ, ਤੇ ਕਦੋਂ ਤੱਕ ਤੁਹਾਡੀ ਮੰਗ ਮੰਨੀ ਜਾ ਸਕਦੀ ਹੈ? ਆਮ ਜਦੋਂ ਚਰਚਾ ਹੁੰਦੀ ਹੈ, ਮਾਹਿਰ ਵੀ ਕਹਿੰਦੇ ਨੇ ਕਿ ਚੋਣਾਂ ਦੇ ਬਿਲਕੁਲ ਆ ਕੇ ਮੋਦੀ ਸਰਕਾਰ ਸ਼ਾਇਦ ਮੰਨ ਲਊਗੀ, ਉਹਨਾਂ ਚਿਰ ਬੈਠਣਾ ਹੀ ਪਊਗਾ। ਦੇਖੋ, ਇੱਕ ਕੋਡ ਆਫ ਕੰਡਕਟ ਆ, ਜੇ ਤਾਂ ਚੀਜ਼ਾਂ ਦਾ ਹੁਣ ਅਨਾਊਂਸਮੈਂਟ ਹੋ ਜੇ ਉਹ ਗਾਂਹ ਵਧਿਆ ਜਾਂਦਾ ਜੀ। ਇੱਕ ਹੈਗਾ ਕੋਡ ਆਫ ਕੰਡਕਟ ਤੋਂ ਬਾਅਦ ਜੀ, ਤਾਂ ਸੰਘਰਸ਼ ਤਾਂ ਅਸੀਂ ਹਰ ਹਾਲ ਦੇ ਵਿੱਚ ਲੜਾਂਗੇ, ਛੱਡਦੇ ਨਹੀਂ ਹੈਗੇ ਜੀ, ਚਾਹੇ ਇਹ ਕਰ ਲੈਣ ਚਾਹੇ ਅਗਲੇ ਆ ਕੇ ਕਰ ਲੈਣ। ਠੀਕ ਆ, ਜੇ ਇਹ ਸਰਕਾਰ ਨਹੀਂ ਨਿਬੜਦੀ ਹੈਗੀ ਸਾਡੇ ਨਾਲ, ਤਾਂ ਫਿਰ ਇੰਨਾ ਸੱਤਾ ਦਾ ਰਾਹ ਉਹਦੇ ਵਾਸਤੇ ਇੰਨਾ ਸੌਖਾ ਨਹੀਂ ਹੈ ਜੇ ਬਾਹਰ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਖੜਾ ਵਾ ਜੀ। ਠੀਕ ਹੈ ਨਾ, ਇਸ ਕਰਕੇ ਉਹ ਆਪਣੀ ਮਰਜ਼ੀ ਕਰਨ, ਉਹਨਾਂ ਨੇ ਕਰਨਾ ਕੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਵਿਚਾਲੇ ਇੱਕ ਭੂਮਿਕਾ ਨਿਭਾ ਰਹੇ ਨੇ ਕਿਸਾਨਾਂ ਦੇ ਵਿਚਾਲੇ, ਸੈਂਟਰ ਸਰਕਾਰ ਦੇ ਵਿਚਾਲੇ, ਉਹਨਾਂ ਦੀ ਭੂਮਿਕਾ ਤੋਂ ਸੰਤੁਸ਼ਟ ਹੋ ਤੁਸੀਂ? ਦੇਖੋ, ਸੰਤੁਸ਼ਟ ਨਾ ਸੰਤੁਸ਼ਟ ਵਾਲੀ ਗੱਲ ਨਹੀਂ ਹੈਗੀ, ਉਹ ਉਹ ਵਿੱਚ ਇੱਕ ਮੀਡੀਏਟਰ ਨੇ ਵੀ ਗੱਲ ਤਾਂ ਕੇਂਦਰ ਨਾਲ ਚੱਲ ਰਹੀ ਹੈ। ਠੀਕ ਆ, ਕੋਈ ਪੰਜਾਬ ਸਰਕਾਰ ਦੇ ਤਾਂ ਆਪ ਵਿਰੋਧੀ ਨੂੰ ਆਰ ਡੀ ਐਫ ਰੋਕ ਕੇ ਬੈਠੇ ਆ, ਜਿਹੜੀ ਮੀਡੀਆ ਚਾਹੁੰਦੀ ਜੀ ਇਹ ਜੀ ਇਹ ਜੀ ਬੜੀ ਮੰਨਦੇ ਭਗਵੰਤ ਮਾਨ ਦੀ, ਉਹ ਕਹਿੰਦੇ ਨੇ ਕਿ ਉਹ ਤੁਹਾਡੇ ਵਕੀਲ ਨੇ, ਉਹਨੇ ਐ ਨਹੀਂ ਹੁੰਦਾ। ਦੋ ਮੇਰਾ ਪੱਖ ਸੁਣੋ ਜੀ, ਉਹ ਤਾਂ ਆਪਣੀ ਸਰਕਾਰ ਦੇ ਵਕੀਲ ਨਹੀਂ ਬਣ ਸਕੇ, ਉਹਨਾਂ ਨੂੰ ਤਾਂ ਮੰਨਦੀ ਨਹੀਂ ਕੇਂਦਰ। ਕੇਜਰੀਵਾਲ ਸਾਹਿਬ ਨੂੰ ਕਹਿੰਦੇ ਅੰਦਰ ਕਰ ਦੇਣਾ, ਕੇਂਦਰ ਤਾਂ ਭਗਵੰਤ ਮਾਨ ਜੀ ਨਾਲ ਕੋਈ ਸੌਖੇ ਨਹੀਂ ਹੈ ਜੀ ਜੀ, ਅੰਦੋਲਨ ਦਾ ਦਬਾਅ ਆ, ਪੰਜਾਬ ਸਰਕਾਰ ਵਿੱਚ ਕਹਿੰਦੀ ਵੀ ਤੁਹਾਡੀ ਗੱਲ ਕਰਾ ਦੇਣੀ, ਇੰਨਾ ਹੀ ਆ। ਪਰ ਉਸ ਦਿਨ ਮੀਟਿੰਗ ਤੋਂ ਬਾਅਦ CM ਸਾਹਿਬ ਵੀ ਕਹਿ ਰਹੇ ਸੀ ਕਿ ਉਹਨਾਂ ਨੂੰ ਇਹ ਸਹੀ ਲੱਗਦਾ ਜੋ ਪੇਸ਼ਕਸ਼ ਆਈ ਹੈ ਕਿ ਕਿਸਾਨਾਂ ਨੂੰ ਮੰਨ ਲੈਣੀ ਚਾਹੀਦੀ ਹੈ। ਦੇਖੋ, ਇਹ ਉਹਨਾਂ ਦਾ ਆਪਣਾ ਵਰਸ਼ਨ ਹੈ, ਠੀਕ ਹੈ, ਸਾਨੂੰ ਉਹ ਠੀਕ ਲੱਗੂਗਾ ਜਿਹੜੀ ਚੀਜ਼ ਠੀਕ ਲੱਗੂਗੀ ਅਸੀਂ ਮੰਨਾਂਗੇ, ਸਾਨੂੰ ਲੱਗਦਾ ਵੀ ਕਿਸਾਨਾਂ ਦਾ ਇਹਦੇ 'ਚ ਪੰਜਾਬ ਦਾ ਭਲਾ ਨਹੀਂ ਹੈ ਜਿਹੜੀ ਗੱਲ ਉਹ ਕਹਿ ਰਹੇ ਹੋ। 5 ਸਾਲਾਂ ਬਾਅਦ ਜੇ ਤੁਹਾਡੀ ਪ੍ਰੋਗਰਾਮ ਖਤਮ ਹੋ ਜਾਂਦਾ, ਤੁਹਾਡਾ ਪਾਣੀ ਫਿਰ ਥੱਲੇ ਜਾਣ ਡਿਆ, ਬਿਨਾਂ ਤੁਸੀਂ ਤਾਂ ਦੱਸੋ ਨਾ, ਇਹ ਗੱਲ ਦਾ ਜਵਾਬ ਤਾਂ CM ਸਾਹਿਬ ਕੋਲ ਲੈਣਾ ਚਾਹੀਦਾ। ਮੰਨ ਲਓ ਆ 5 ਫਸਲਾਂ ਪਹਿਲਾਂ ਕੋਈ ਬੀਜ ਰਿਹਾ ਜੀ, ਉਹ ਕਹਿੰਦੇ ਨੇ ਵੀ ਜਿਹੜਾ ਕਣਕ ਝੋਨਾ ਛੱਡ ਕੇ ਆਊਗਾ ਆ ਫਸਲ ਬੀਜੂਗਾ ਉਹਨੂੰ ਦਹਾਂਗੇ, ਉਹ ਤਾਂ ਉਦਾਂ ਹੀ ਖਤਮ ਹੋ ਗਿਆ ਫਿਰ ਜੀ ਜੀ। ਤਾਂ ਗੱਲਾਂ 'ਚ ਫਰਕ ਆ ਇਹਨਾਂ ਗੱਲਾਂ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਸੀ, ਉਦੋਂ CM ਸਾਹਿਬ ਭਗਵੰਤ ਮਾਨ ਉਹਦੇ MP ਹੁੰਦੇ ਸੀ, ਉਹਨਾਂ ਨੇ ਵੀ ਕਿਹਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਤੁਸੀਂ ਇਕੱਲੇ ਪੰਜਾਬ 'ਚ ਲਾਗੂ ਕਰ ਦਿਓ MSP, ਕਿਉਂ ਨਹੀਂ ਕਰ ਸਕਦੇ ਤੁਸੀਂ? ਤੇ ਹੁਣ ਜੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਰ ਦਿੰਦੇ ਨੇ ਲਾਗੂ, ਤੁਸੀਂ ਆਪਣੇ ਘਰਾਂ ਨੂੰ ਚਲੇ ਜਾਓਗੇ? ਕਿਉਂਕਿ ਤੁਸੀਂ ਪੂਰੇ ਦੇਸ਼ ਲਈ ਮੰਗ ਰਹੇ ਹੋ। ਭਗਵੰਤ ਮਾਨ ਜੀ ਲਾਗੂ ਕਰ ਹੀ ਨਹੀਂ ਸਕਦੇ, ਕਿੱਥੋਂ ਕਰਨਗੇ ਉਹ? ਉਹ ਤਾਂ ਉਹਨਾਂ ਦਾ ਚੋਣ ਵਾਅਦਾ ਵਾ ਜੀ, ਤੇ ਉਹ ਪੂਰਾ ਨਹੀਂ ਹੋਇਆ ਹੈਗਾ। ਸਵਾਲ ਹੈ ਕੇਂਦਰ ਦਾ,
ਕੇਂਦਰ ਚਾਹੇ ਤਾਂ ਕੇਂਦਰ ਕੋਲ ਵੱਡਾ ਬਜਟ ਹੈਗਾ, ਜਾਂ ਖੇਤੀਬਾੜੀ ਦਾ ਸਾਰਾ ਆਪਾਂ ਕੁਛ ਸਟੇਟ ਨੂੰ ਦੇ ਦਈਏ, ਉਹਨੂੰ ਫਸਲਾਂ ਦੇ ਭਾਅ ਤੈਅ ਕਰਨੇ ਵੀ ਦਈਏ, ਉਹਨੂੰ ਖਰੀਦ ਕਰਨ ਦਾ ਅਧਿਕਾਰ ਵੀ ਦਈਏ, ਉੱਡਾ ਉੱਡਾ ਵੱਡਾ ਉਹਦਾ ਬਜਟ ਵੀ ਹੋਵੇ, ਠੀਕ ਆ, ਫਿਰ ਉਹ ਸੰਭਵ ਹੈਗੇ ਆ। ਸੋ ਕੇਂਦਰ ਦੇ ਵਾਸਤੇ ਆ, ਕੇਂਦਰ ਦਾ ਇਹ ਕੰਮ ਹੈ, ਕੇਂਦਰ ਦੇ ਖਿਲਾਫ਼ ਸਾਡੀ ਲੜਾਈ ਹੈ। ਬਾਕੀ ਜਿਹੜੀਆਂ ਜਥੇਬੰਦੀਆਂ ਨੇ, ਉਗਰਾਹਾਂ ਜਥੇਬੰਦੀ ਹੋਵੇ ਜਾਂ ਫਿਰ ਸੰਯੁਕਤ ਕਿਸਾਨ ਮੋਰਚਾ, ਉਹਨਾਂ ਨੇ ਖੁੱਲ੍ਹੇ ਤੌਰ 'ਤੇ ਹਾਲੇ ਤੱਕ ਨਹੀਂ ਕਿਹਾ ਸੰਯੁਕਤ ਕਿਸਾਨ ਮੋਰਚੇ ਨੇ ਕਿ ਅਸੀਂ ਇਸ ਮੋਰਚੇ ਦੇ ਨਾਲ ਹਾਂ, ਬਟ ਸਮਰਥਨ ਕਰ ਰਹੇ ਨੇ। ਉਹਨਾਂ ਨੇ ਵੀ ਉਸ ਪੇਸ਼ਕਸ਼ ਨੂੰ ਕੱਲ੍ਹ ਰੱਦ ਕੀਤਾ। ਉਗਰਾਹਾਂ ਜਥੇਬੰਦੀ ਜੇ ਆਉਂਦੀ ਹੈਗੀ ਆ, ਜਾਂ ਜੇ ਪਹਿਲਾਂ ਮੈਂ ਪੁੱਛਾਂ ਕਿ ਉਹਨਾਂ ਨੇ ਤੁਹਾਡੇ ਨਾਲ ਕੋਈ ਸੰਪਰਕ ਕੀਤਾ, ਉਹ ਸ਼ਾਮਿਲ ਹੋ ਸਕਦੇ ਨੇ ਮੋਰਚੇ? ਦੇਖੋ, ਕਿਸੇ ਦੇ ਆਉਣ 'ਤੇ ਕੋਈ ਰੋਕ ਨਹੀਂ ਹੈਗੀ ਜੀ, ਠੀਕ ਹੈ ਜੀ। ਸਾਰੀਆਂ ਜਥੇਬੰਦੀਆਂ ਸਿਆਣੀਆਂ ਨੇ, ਸਮਝਦਾਰ ਨੇ, ਜੁਝਾਰੂ ਨੇ ਜੀ। ਅਗਲਿਆਂ ਨੇ ਪੋਜੀਸ਼ਨ ਵੇਖਣੀ ਆਪਦੀ, ਉਹਨਾਂ ਨੂੰ ਲੱਗਦਾ ਵੀ ਪੋਜੀਸ਼ਨ ਠੀਕ ਆ, ਵੀ ਇਸ ਵੇਲੇ ਸੰਘਰਸ਼ ਕੀਤਾ ਜਾ ਸਕਦਾ ਤੇ ਕੁਛ ਪ੍ਰਾਪਤ ਕੀਤਾ ਜਾ ਸਕਦਾ ਜੀ, ਠੀਕ ਆ, ਉਹ ਖੁੱਲ੍ਹਾ ਆ ਜਾਣ। ਜੇ ਉਹਨਾਂ ਲੱਗਦਾ ਵੀ ਨਹੀਂ, ਇਸ ਵੇਲੇ ਸੰਘਰਸ਼ ਕਰਕੇ ਨਹੀਂ ਕੋਈ ਪ੍ਰਾਪਤ ਕੀਤਾ ਜਾ ਸਕਦਾ, ਉਹਨਾਂ ਦੀ ਆਜ਼ਾਦੀ ਹੈਗੀ, ਉਹਨਾਂ ਨੇ ਆਪਣੀ ਪੋਜੀਸ਼ਨ ਆਪ ਕਿਲੇ ਕਰਨੀ ਹੈ। ਸਾਡੇ ਵੱਲੋਂ ਤਾਂ ਹੈ ਵੀ ਆਹ ਮੰਗ ਪੱਤਰ ਆ ਬਈ, ਠੀਕ ਹੈ, ਇਹ ਸਾਂਝਾ ਹੈਗਾ। ਬਾਕੀ ਹੈਗਾ ਦੋਵਾਂ ਫੋਰਮਾਂ ਦਾ ਜਾਪਤਾ ਜੀ, ਆਪਾਂ ਜਾਪਤੇ ਤੇ ਮੰਗਾਂ ਤੇ ਸਹਿਮਤੀ ਬਣਾ ਲੈਂਦੇ ਹਾਂ ਤਾਂ ਸਾਰਿਆਂ ਲਈ ਰਾਹ ਖੁੱਲ੍ਹੇ ਆ। ਕੌਣ ਕਹਿੰਦਾ ਵੀ ਇਹ ਰਾਹ ਨਹੀਂ ਖੁੱਲ੍ਹੇ ਹੈਗੇ? ਕੋਈ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਨੇ ਤੁਹਾਡੇ? ਬਿਲਕੁਲ ਬਿਲਕੁਲ ਨਹੀਂ ਨਹੀਂ ਬਿਲਕੁਲ ਹੈਗੇ ਜੀ ਜੀ, ਉਹ ਅਸੀਂ ਜ਼ਰੂਰ ਜਾਣਨਾ ਚਾਹਾਂਗੇ, ਕਿਉਂਕਿ ਸਾਨੂੰ ਇਹ ਰਿਪੋਰਟਾਂ ਮਿਲੀਆਂ ਨੇ ਕਿ ਮਾਨਸਾ, ਬਠਿੰਡਾ, ਬੰਨੀ, ਉਗਰਾਹਾਂ ਜਥੇਬੰਦੀ ਦੇ ਬਹੁਤ ਸਾਰੇ ਕਿਸਾਨ ਨੇ ਜਿਹੜੇ ਆਉਣਾ ਚਾਹੁੰਦੇ ਨੇ, ਪਰ ਜਿਹੜਾ ਹੈਗਾ 22 ਤਰੀਕ ਤੱਕ ਉਹਨਾਂ ਨੇ ਧਰਨੇ ਹੋਰ ਰੋਕਤੇ ਤੇ ਅੰਦਰ ਅੰਦਰ ਐਜੀਟੇਸ਼ਨ ਥੋੜੀ ਹੋ ਰਹੀ ਹੈ, ਉਹ ਇੱਥੇ ਆਉਣਾ ਚਾਹੁੰਦੇ ਨੇ। ਦੇਖੋ, ਦੋ ਕੰਮ ਆ, ਦੋ ਕਿਸਮ ਦਾ। ਗ੍ਰਾਹਾਂ ਸਾਹਿਬ ਨੇ ਜਿਹੜਾ ਧਰਨਾ ਲਾਇਆ ਵਾ ਉੱਥੇ, ਉਹਨਾਂ ਨੇ ਉਹ ਕਿਹਾ ਵੀ ਅਸੀਂ ਤਾਂ ਉਹ ਜਿਹੜਾ ਮੋਰਚਾ ਚੱਲ ਰਿਹਾ ਉਹਦੀ ਸਪੋਰਟ 'ਚ ਲਾ ਰਹੇ ਹਾਂ ਜੀ। ਇੱਕ ਜਿਹੜਾ ਐਸ ਕੇ ਐਮ ਨੇ ਪ੍ਰੋਗਰਾਮ ਦਿੱਤਾ ਹੈਗਾ ਉਹ ਇਸ ਕਰਕੇ ਤਾਂ ਵੀ ਅਸੀਂ ਆਪਣੀਆਂ ਮੰਗਾਂ ਤੇ, ਸਾਡੀ ਸਪੋਰਟ 'ਚ ਨਹੀਂ ਵੀ ਅਸੀਂ ਆਪਣੀਆਂ ਮੰਗਾਂ ਤੇ ਜੀ ਪੰਜਾਬ ਦੇ ਟੋਲ ਫਰੀ ਕਰਾਂਗੇ ਜਾਂ ਭਾਜਪਾ ਦੇ। ਉਹ ਗ੍ਰਾਹਾਂ ਸਾਹਿਬ ਹੁਣ ਉਹਨਾਂ ਦੇ ਨਾਲ ਨੇ ਜੀ, ਉਹ ਹਰ ਆਪਣੀ ਮੰਗ ਤੇ ਕੋਈ ਵੀ ਕਰ ਸਕਦਾ ਸੀ, ਕਿਹੜਾ ਰੋਕਦੇ? ਪਰ ਜਿਹੜਾ ਜਿਹੜਾ ਜਬਰ ਹੋਇਆ ਉਹਦੇ ਖਿਲਾਫ ਉਹ ਕਰ ਰਹੇ ਨੇ। ਨਹੀਂ, ਉਹਨਾਂ ਨੇ ਇਹ ਤੋਂ ਪਹਿਲੋਂ ਕਰ ਲਿਆ, ਜਬਰ ਦੇ ਖਿਲਾਫ ਤਾਂ ਪਹਿਲੋਂ ਦੇਣਾ ਰੋਕ ਆਏ ਜੀ, ਜਿਹੜਾ ਹੋਣ ਵਾਲਾ ਪ੍ਰੋਗਰਾਮ ਆਪਣੀਆਂ ਮੰਗਾਂ ਕਰਕੇ ਉਹਨਾਂ ਨੇ। ਤੇ ਪੂਰੇ ਪੰਜਾਬ ਦੇ ਕਿਸਾਨ ਚਾਹੇ ਉਹ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਨੇ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ, ਭਾਵੇਂ ਕੋਈ ਜਥੇਬੰਦੀ ਹੋਵੇ, ਕਹੇ ਕਹੇ ਲੋਕ ਹੋਣ, ਸੌਲਾ ਤੇ ਹੈਗਾ, ਮੰਗਾਂ ਸਾਡੀਆਂ ਸਾਂਝੀਆਂ ਵਾ, ਦੁਸ਼ਮਣ ਵੀ ਸਾਡਾ ਸਾਂਝਾ ਵਾ, ਤਾਂ ਸਾਨੂੰ ਪੰਜਾਬ ਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ ਜੀ। ਤੁਸੀਂ ਕਿਹਾ ਸੀ ਕਿ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਨੇ, ਬਸ ਆਖਰੀ ਸਵਾਲ ਹੀ ਮੈਂ ਪੁੱਛੂੰਗੀ। ਪਿਛਲੇ ਦਿਨੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਿਹਾ ਸੀ ਡੱਲੇਵਾਲ ਸਾਹਿਬ ਨੇ ਵੀ ਕਿਹਾ ਸੀ ਕਿ ਸਾਡਾ ਜਿਹੜਾ ਮੋਰਚਾ ਹੈ ਉਹ ਸਿੱਖੀ ਦੀ ਸ਼ਾਨ ਦੇ ਵਿੱਚ ਚੱਲੂਗਾ, ਕੋਈ ਇਸ ਤਰ੍ਹਾਂ ਦੀ ਪਿਛਲੇ ਮੋਰਚੇ ਵਾਂਗੂ ਜੋ ਕੁਛ ਗੱਲਾਂ ਬਾਤਾਂ ਹੋਈਆਂ ਸੀ, ਕੁਛ ਰੋਕਾਂ ਲਾਈਆਂ ਜਾਂਦੀਆਂ ਸੀ, ਉਹ ਨਹੀਂ ਹੋਵੇਗਾ। ਕੀ ਤੁਹਾਡੇ ਰੂਲਸ ਐਂਡ ਰੈਗੂਲੇਸ਼ਨਸ? ਦੇਖੋ, ਦੋ ਇਹ ਰੂਲ ਰੈਗੂਲੇਸ਼ਨ ਨਹੀਂ ਹੈਗੇ, ਰੂਲ ਰੈਗੂਲੇਸ਼ਨ ਹੈਗੇ ਆ ਵੀ ਅਸੀਂ ਇਸ ਮੋਰਚੇ ਵਿੱਚੋਂ ਪਾਰਟੀ ਨਹੀਂ ਕੱਢਣੀ ਹੈ ਜੀ, ਪਹਿਲੀ ਸ਼ਰਤ ਹੈ। ਕੋਈ ਪਾਰਲੀਮੈਂਟ ਇਲੈਕਸ਼ਨਾਂ 'ਚ ਨਹੀਂ ਜਾਣਾ ਹੈਗਾ, ਸਭ ਤੋਂ ਵੱਡੀ ਸ਼ਰਤ ਹੀ ਇਹੀ ਆ। ਠੀਕ ਹੈ, ਠੀਕ ਹੈ ਜੀ ਜੀ, ਤਾਂ ਫਿਰ ਸਾਰੇ ਬਰਾਬਰ 'ਤੇ ਚੱਲਣਗੇ, ਬਾਕੀ ਸਾਡੇ ਮੋਰਚੇ 'ਚ ਪੂਰੀ ਪਾਰਦਰਸ਼ਤਾ ਹੋਊਗੀ। ਕਿਸੇ ਵੀ ਧਰਮ ਦਾ ਕੋਈ ਬੰਦਾ ਹੋਵੇ ਉਹ ਆਪਦੇ ਕੀਤੇ ਮੁਤਾਬਕ ਆਪਦਾ ਧਾਰਮਿਕ ਝੰਡਾ ਰੱਖ ਸਕਦਾ ਜੀ, ਆਪਦੇ ਆਸਥਾ ਮੁਤਾਬਕ ਪੂਜਾ ਪਾਠ ਕਰ ਸਕਦਾ, ਸਾਨੂੰ ਕਿਸੇ ਦੇ ਕੋਈ ਇਤਰਾਜ਼ ਨਹੀਂ ਹੈਗਾ ਜੀ। ਠੀਕ ਹੈ, ਇਹ ਆਜ਼ਾਦੀ ਹੈ ਕਿਸੇ ਦੀ, ਆਪਦੀ ਹੈ। ਠੀਕ ਹੈ ਜੀ ਜੀ, ਬਿਲਕੁਲ। ਸੋ ਪੰਦੇ ਸਾਹਿਬ, ਇੱਥੇ ਇੰਟਰਨੈਟ ਦੀ ਬੜੀ ਸਮੱਸਿਆ ਹੈ, ਬਹੁਤ ਸਾਰੇ ਕਿਸਾਨਾਂ ਨੂੰ ਸ਼ਾਇਦ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਬਾਰੇ ਵੀ ਜਾਣਕਾਰੀ ਨਹੀਂ ਮਿਲੀ ਸੀਗੀ, ਸੋ ਹੁਣ ਉਹਨਾਂ ਨੂੰ ਗਾਹੇ ਵਗਾਹੇ ਜਿਹੜੀ ਮਿਲ ਰਹੀ ਹੈਗੀ। ਆਪਣੀ ਟੀਮ ਹੈ ਜਿਹੜੀ ਉਹ ਕੱਲ੍ਹ ਦੇ ਦਿੱਲੀ ਕੂਚ ਨੂੰ ਲੈ ਕੇ, ਤੁਹਾਡੀ ਜਿਹੜੀ ਟੀਮ ਹੈਗੀ ਹੈ ਉਹ ਕਿੰਨੀ ਕੁ ਕਿਸਾਨਾਂ ਦੇ ਨਾਲ ਕਮਿਊਨੀਕੇਸ਼ਨ ਦੇ ਵਿੱਚ ਹੈਗੀ ਹੈ, ਕਿਉਂਕਿ ਇੰਟਰਨੈਟ ਹੈ ਨਹੀਂ, ਤੁਸੀਂ ਕਿਵੇਂ ਆਪਣਾ ਮੈਸੇਜ ਪਹੁੰਚਾਉਂਦੇ ਹੋ? ਦੇਖੋ, ਸਾਡਾ ਮੈਸੇਜ ਤਾਂ ਪ੍ਰੈਸ ਮਾਧਿਅਮ ਰਾਹੀਂ ਹੀ ਪਹੁੰਚਦਾ, ਹੋਰ ਤਾਂ ਕੋਈ ਮਾਧਿਅਮ ਹੈ ਨਹੀਂ ਗਾ, ਜਾਂ ਪ੍ਰਿੰਟ ਮੀਡੀਆ ਰਾਹੀਂ ਪਹੁੰਚਦਾ ਹੈਗਾ। ਅਸੀਂ ਜਦੋਂ ਪੀਸੀ ਕਰਦੇ ਹੈਗੇ, ਹੁਣ ਵੀ ਸਾਡੀ ਪੀਸੀ ਹੈਗੀ ਆ,
ਉਹਦੇ ਹਿਸਾਬ ਨਾਲ ਫਿਰ ਅਗਲੇ ਫੈਸਲੇ ਲੋਕਾਂ ਤੱਕ ਪੁੱਜਦੇ ਹੈਗੇ ਜੀ। ਸੋ ਬਹੁਤ ਬਹੁਤ ਧੰਨਵਾਦ ਪੰਧੇਰ ਸਾਹਿਬ ਸਾਡੇ ਨਾਲ ਜੁੜੇ ਹੋਏ ਸਨ। ਸੋ ਕਿਸਾਨ ਮੋਰਚਾ ਹੁਣ ਅੱਗੇ ਕੀ ਰੁੱਖ ਲਏਗਾ ਇਹ ਆਉਂਦੇ ਕੁਛ ਘੰਟਿਆਂ ਤੱਕ ਇੱਕ ਤਰੀਕੇ ਦੇ ਨਾਲ ਸਾਫ਼ ਹੋ ਜਾਊਗਾ। ਵੀਡੀਓ ਜਰਨਲਿਸਟ ਜਸਪ੍ਰੀਤ ਸਿੰਘ ਦੇ ਨਾਲ ਹਰਸ਼ਰਨ ਕੌਰ ਸ਼ੰਭੂ ਬਾਰਡਰ ਤੋਂ ਖਾਸ ਰਿਪੋਰਟ।